ਹੰਦੋਨੁਮਾ ਹੰਦੇ ਨੇ ਨਾ ਪੂਲਾ ਖੰਦੇ ਨਾ ਮਾ ਸੰਧੀ ਹੈ ਨਾ ਖੰਦੂ ਨਾ ਮਾ ਸੁਪਰ ਪਰਮੇਸ਼ੁਰ ਇਸ ਸੋਇਲ ਵਿੱਚ ਤੁਹਾਡੇ ਖੂਨ ਦੀਆਂ ਬੂੰਦਾਂ ਹਨ ਹਰ ਬੰਧਨ ਤੋੜਦਾ ਯੀਸ਼ੂ ਤੇਰੇ ਨਾਮ ਦੇ ਵਿੱਚ ਰਾਈ ਨੋ ਹੋਲੀ ਗੋ ਸਬਾਲਾ ਬਾਲਾ ਕਾ ਮਾ ਨਾ ਖੰਦੂ ਲਬੇ ਸੇ ਕੇ ਲਬੇ ਸ਼ੰਦੀ ਹੈ ਨਾ ਖੰਦੂ ਨਾ ਮਾ ਸਾਕੀ ਨਾ ਮਾ ਖੰਦੂ ਟੱਚ ਕਰਦਾ ਪਵਿੱਤਰ ਆਤਮਾ ਟੱਚ ਕਰਦਾ ਟੱਚ ਕਰਦਾ ਟੱਚ ਕਰਦਾ ਪ੍ਰਭੂ ਤੇਰੇ ਅਭਿਸ਼ੇਕ ਦੇ ਦੁਆਰਾ ਸੇਮ ਨਾਰਾਇਣ ਖੁਦਾਵੰਦ ਸਾਤਵਿਕ ਪ੍ਰਭੂ ਜੀ ਸਾਰੀ ਮਹਿਮਾ ਤੁਹਾਨੂੰ ਦੇ ਰਹੇ ਪ੍ਰਭੂ ਅਜੇ ਆਇਲ ਜਿਹਨਾਂ ਦੇ ਉੱਪਰ ਲੱਗੇ ਹਰ ਤਰ੍ਹਾਂ ਦੀਆਂ ਰਸੌਲੀਆਂ ਪੱਥਰੀਆਂ ਹਰ ਲੀਵਰ ਦੇ ਰੋਗ ਹਰ ਤਰ੍ਹਾਂ ਦੀ ਸਮੱਸਿਆ ਇਹਨਾਂ ਦੇ ਜੀਵਨ ਨੂੰ ਛੱਡ ਕੇ ਚਲੀ ਜਾਏ ਸਾਰੀ ਮਹਿਮਾ ਤੁਹਾਨੂੰ ਦੇ ਰਹੇ ਯੀਸ਼ੂ ਦੇ ਨਾਮੇ ਆਮੀਨ 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 ਅਭਿਸ਼ੇਕ ਥੋੜੀ ਆਵਾਜ਼ ਖਿਲੇ ਲਵਾਲੀ ਨਾ ਕਰ ਥੋੜੀ ਮਜ਼ੇ ਜਿਹੀ ਆਵਾਜ਼ ਕਰ ਹਲਾ ਰਹੇ ਨਾ ਕਰ ਭਜਨ ਸਾਹਿਤਾ 32 ਦੇ ਦੁਆਰਾ 53 ਜਕੂ 516 ਦੇ ਨਾਲ ਲਗਾਤਾਰ
ਦਿਨ ਅਲਰਟ ਰਹੋ। ਬਾਅਦ ਵਿੱਚ ਲੇ ਹੈਂਡ 'ਚ ਕੋਈ ਗੱਲ ਨਹੀਂ, ਲੇ ਹੈਂਡ ਜਦੋਂ ਆ ਰਹੀ ਉਦੋਂ ਕੋਈ ਕੁਛ ਨਹੀਂ ਪੁੱਛਣਾ, ਬਸ ਪਰਾਉਂਦੇ ਦੇ ਪਿੱਛੇ ਜਾਣਾ, ਇਹ ਬਾਅਦ ਹੀ ਆ। ਤੁਸੀਂ ਬੇਟਾ ਅੱਗੇ ਕਰਿਆ ਕਰੋ ਫਟਾਫਟ, ਪਿੱਛੇ ਰਹੋ ਨਾ ਉਹਨਾਂ ਦੇ ਪਿੱਛੇ ਰਹੋ ਅੱਗੇ ਨਾ। ਹਰ ਰੁਕੇ ਕੰਮ ਹੋ ਰਹੇ ਨੇ, ਵਿਸ਼ਵਾਸ ਕਰੋ, ਵਿਸ਼ਵਾਸ ਕਰੋ ਜਲਦੀ ਜਲਦੀ। ਭਾਈ ਵੀ ਪਿਛਲੀ ਸਾਈਡ ਤੇ ਲੈਣ ਚ ਲੱਗ ਜਾਓ, ਭਾਈ ਤੁਸੀਂ ਪਿਛਲੇ ਬੰਨੇ ਘੁੰਮ ਕੇ ਨਾਲ ਹੀ ਤੁਰਿਓ, ਤੁਸੀਂ ਸਾਰੇ ਬੈਗ ਤੇ ਭੈਣਾਂ ਦੇ ਪਿੱਛੇ ਜਾਓ, ਨਾਲ ਹੀ ਤੁਰਿਓ ਪਿਛਲੀ ਸਾਈਡ ਤੇ ਜੋ ਮੈਂ ਕਿਹਾ ਉਧਰ ਚੱਲਦੇ ਹੋ। ਸਭ ਨੇ ਲੇ ਹੈਂਡ ਕਰਾਉਣੀ, ਕਿਸੇ ਨੇ ਫਰੀ ਉਦਾਂ ਨਹੀਂ ਜਾਣਾ, ਖੁਦਾ ਤੁਹਾਨੂੰ ਬਲੈਸ ਕਰ ਰਿਹਾ। 7 ਹਫ਼ਤੇ 7 ਵੀਕ ਆਪਾਂ ਲਗਾਤਾਰ ਲੇ ਹੈਂਡ ਕਰਾਂਗੇ, ਹਰ ਜਿੰਨੀਆਂ ਚੀਜ਼ਾਂ ਰੁਕੀਆਂ ਹੋਣਗੀਆਂ, ਪਰ ਬਾਈਬਲ ਪੇਨ ਡੈਰੀ ਲੈ ਕੇ ਇਹਨੂੰ ਗੱਲ ਹਮੇਸ਼ਾ ਯਾਦ ਰੱਖਣਾ, ਇਕੱਲੇ ਲੇ ਹੈਂਡ ਨਹੀਂ ਕਰਾਉਣੀ, ਪ੍ਰਭੂ ਦੇ ਵਚਨਾਂ ਨੂੰ ਫੋਲੋ ਕਰਨਾ। ਚੁੰਨੀ ਆਪਣੇ ਆਪ ਉੱਪਰ ਕਰ ਲਿਆ ਕਰੋ, ਮੈਨੂੰ ਆਪ ਚੁੱਕਣੀ ਪੈਂਦੀ, ਆਪ ਕਰ ਲਿਆ ਕਰੋ, ਜਾ ਕੇ ਜਲਦੀ ਤੁਰੇ ਜਾਓ। ਪਰਿਵਾਰ ਪ੍ਰਭੂ ਮਹਿਮਾ ਤੁਹਾਨੂੰ ਯੀਸ਼ੂ ਦੇ ਨਾਮ। ਸੱਜਣ ਵਰਸ਼ਿਪ ਕਰੋ, ਸੱਜਣ ਵਰਸ਼ਿਪ ਕਰੇ, ਪੂਰੇ ਸੱਚੇ ਮਸੀਹ ਬਣ ਕੇ ਲੇਹੈਂਡ ਲਓਗੇ, ਦਵਾਈਆਂ ਦੇ ਨਾਲ ਵਾਪਸ ਆਓਗੇ। ਆਮੀਨ। ਸੁਣੋ ਇੱਕ ਧਿਆਨ ਨਾਲ ਗੱਲ ਸੁਣਨੀ ਆ, ਜਿੰਨੇ ਲੇਹੈਂਡ ਕਰਾਉਣਾ ਉਸ ਤੋਂ ਬਾਅਦ ਘਰ ਜਾ ਕੇ ਲੜਨਾ ਝਗੜਨਾ ਨਹੀਂ ਆ, ਇੰਨੀ ਕੁ ਜਾਂਦਾ ਆਇਲ ਲਗਾ ਦੇ ਦੀਦੀ ਭੈਣ ਦੀ ਲਿਓ ਕਰਨਾ, ਕੁਛ ਨਹੀਂ ਮਿਲੇਗਾ, ਇਹਨੂੰ ਬਚਾ ਕੇ ਰੱਖਣਾ ਪੂਰੇ ਹਫ਼ਤੇ, ਅਗਲੇ ਹਫ਼ਤੇ ਫੇਰ ਕਰਨਾ ਵਾ। ਵੇਖੋ ਪ੍ਰਭੂ ਦਾ ਸਾਮਰ ਤੇ ਖੁਦਾ ਦਾ ਬਲੈਡ, ਇਹਨੂੰ ਐਵੇਂ ਕਿਵੇਂ ਨਹੀਂ ਲੈਣਾ। ਹਾਂਜੀ ਕਿਆ ਚੱਕ ਰੱਖ ਥੋੜੀ ਬਾਈ ਤੇਰੀ ਸਾਂਭ ਲੈ ਸੇ ਖੁਦਾ।
ਆਗੇ ਜੋ ਆਪਣੇ ਰੀਮਾ ਨਾ ਖੰਭੂ ਨਾ ਸੰਖਿਆ ਨਾ ਖਾ ਸ਼ਿਖੋ ਨਾ ਮਹਾਂ ਥੈਂਕ ਯੂ ਜੀਸਸ ਆਮੀਨ ਅੱਗੇ ਜੋ ਅਗਲੇ ਸੰਡੇ ਬਾਈਬਲ ਲੈ ਕੇ ਆਉਣੀ ਹੈ ਪੰਗਾ ਪੈ ਜਾਣਾ ਪ੍ਰਭੂ ਨੂੰ ਇੰਨਾ ਇਗਨੋਰ ਕਰ ਰਿਹਾ ਆਪਾਂ ਜਿਹਨੇ ਕਿੱਥੋਂ ਚੁੱਕਿਆ ਸਾਨੂੰ ਪੁਰਾਣੇ ਦਿਨਾਂ ਨੂੰ ਯਾਦ ਰੱਖੋ ਠੀਕ ਹੈ ਪੜ੍ਹਾਈ ਦਾ ਫਾਇਦਾ ਮੈਂ ਕਿ ਬਾਈਬਲ ਲੈ ਕੇ ਆਉਣੀ ਤਿੰਨ ਡੈਰੀ ਲੈ ਕੇ ਆਉਣੀ ਠੀਕ ਹੈ ਨੈਕਸਟ 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 ਜਲਦੀ ਜਲਦੀ ਭਾਈ ਉਹ ਨਾਲ ਹੀ ਲੈਣ ਬੰਨ ਕੇ ਮਗਰ ਸੀਨ ਤੇ ਕਿਸੇ ਨੇ ਜਾਣਾ ਨਹੀਂ ਅਜੇ ਮੈਂ ਕਲਮਾ ਬਰਖਾਸਤ ਨਹੀਂ ਕੀਤਾ ਡੇਢ ਤੋਂ ਸਭ ਨੇ ਕਲਮਾ ਬਰਖਾਸਤ ਤੇ ਜਾਣਾ ਜਲਦੀ ਮਿਲ ਗਈ ਜਲਦੀ ਕਰਿਆ ਕਰ ਇਹ ਹੈਂਡ ਕਰਾ ਕੇ ਜਲਦੀ ਜਲਦੀ ਤੋਰੀ ਜਾ ਪ੍ਰਧਾਨ ਜਾ ਚੱਲ ਗਿਆ ਕਿੱਧਰ ਗਏ ਮੋਟਰਸਾਈਕਲ ਪੰਜ ਕਰ ਅਭਿਸ਼ੇਕ ਦੇ ਤੂੰ।
ਗੱਡੀਆਂ ਰਹਿ ਗਈਆਂ, ਮੈਂ ਕਿਹਾ ਇੱਕ ਵਹਿਰ ਅਗਲੀ ਸਾਈਡ 'ਤੇ ਆ ਜਾਓ ਜਲਦੀ ਜਲਦੀ। ਟੁੱਟੇ ਰਿਸ਼ਤੇ ਜੁੜ ਰਹੇ ਜਿਹੜੇ ਪ੍ਰਭੂ ਨਾਲੋਂ ਸੱਜਣ ਪ੍ਰੇਰ ਦੇ ਵਿੱਚ ਰਹੋ, ਅਜੇ ਕਲਮਾ ਬਰਖਾਸਤ ਨਹੀਂ ਹੋਇਆ। ਥੈਂਕ ਯੂ ਲੋਰਡ। ਮਿਊਜ਼ਿਕ ਚੱਲਣ ਤੋਂ ਬੰਦ ਨਾ ਕਰੋ। ਨੈਕਸਟ ਹੋ ਗਿਆ ਸਰ, ਇੱਧਰ ਸਾਹਮਣੇ ਅਭਿਸ਼ੇਕ ਦੇ ਤੂੰ ਰੂਕਾ, ਅਭਿਸ਼ੇਕ ਦੇ, ਅਭਿਸ਼ੇਕ ਦੇ ਤੂੰ ਰੂਕਾ। ਰੂਹ ਕੀ ਅਗਨੀ ਹੈ ਖੁਦਾਵੰਦ ਹਮ ਪੇ ਆਜ ਬਹਾਰ, ਰੂਹ ਕੇ ਤੇਲ ਸੇ ਬਹਾਰ। ਸਭ ਨੇ ਰੁਕਣਾ ਰੇ, ਕਿਸੇ ਨੇ ਨਹੀਂ ਜਾਂ ਸੱਜਣ ਪ੍ਰੇਰ ਕਰਾਂਗੇ। ਪ੍ਰਭੂ ਮਸੀਹ ਧੰਨਵਾਦ, ਤਾਰੀਫ ਕਰਦੇ ਖੁਦਾਵੰਦ, ਅੱਜ ਸੁਪਰ ਸੰਡੇ ਦੇ ਵਾਸਤੇ ਧੰਨਵਾਦ ਕਰਦੇ, ਅਗਵਾਈਆਂ ਦੇ ਵਾਸਤੇ, ਵਰਸ਼ਿਪ ਦੇ ਵਾਸਤੇ, ਫਾਇਰ ਪ੍ਰੇਅਰ ਦੇ ਵਾਸਤੇ, ਵਚਨ ਦੇ ਵਾਸਤੇ, ਜੋ ਵੀ ਅੱਜ ਤੁਹਾਡੇ ਬੱਚਿਆਂ ਨੇ ਅਨੈਂਟਿੰਗ ਆਇਲ ਮੀਟਿੰਗ ਨੂੰ ਅਟੈਂਡ ਕੀਤਾ ਪ੍ਰਭੂ, ਵੱਡੀਆਂ ਗਵਾਈਆਂ ਔਰ ਵੱਡੇ ਬੰਦਰਾਂ, ਵੱਡੇ ਛੁਟਕਾਰੇ ਦੇ ਨਾਲੇ ਵਾਪਸ ਆ ਰਹੇ ਨੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦਾ। ਸਾਰੀ ਮਹਿਮਾ ਤੁਹਾਨੂੰ ਦੇਣੀ ਹੈ ਪ੍ਰਭੂ, ਇਹਨਾਂ ਦੀਆਂ ਗੱਡੀਆਂ ਨੂੰ ਬਲੈਸ ਕਰਦੇ, ਇਹਨਾਂ ਦੀ ਸਿਹਤ ਨੂੰ ਬਲੈਸ ਕਰਦੇ ਪ੍ਰਭੂ, ਜਿੱਦਾਂ ਉਹ ਚਮਤ ਕੀਤੀ ਜਾਂ ਚਮਤ ਕਰੋ ਯੀਸ਼ੂ ਦੇ ਨਾਮੇ, ਆਮੀਨ ਆਮੀਨ ਆਮੀਨ। ਖੁਦਾ ਬਾਪ ਕੀ ਮੁਹੱਬਤ, ਰੂਹੇ ਪਾਕ ਦੀ ਰਫਾਕਤ ਔਰ ਸ਼ਰਾਕਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਾਡੇ ਸਾਰਿਆਂ ਨਾਲ ਹੁੰਦੀ ਰਹੇ। ਸਭ ਬੋਲੇ ਆਮੀਨ 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 ਆਮੀਨ। ਸੁਣਾਓ।